ਪਿਛਲੇ ਕਈ ਦਿਨਾਂ ਤੋਂ ਸਪੋਰਟਸ ਕਾਲਜ ਜਲੰਧਰ ਦੇ ਵਿੱਚ ਖਿਡਾਰੀਆਂ ਦੀਆਂ ਖੇਡ ਵਿੰਗਾਂ ਦੀਆਂ ਸੀਟਾਂ ਦੀ ਲਿਸਟਾਂ ਨੂੰ ਲੈ ਕੇ ਪੰਜਾਬ ਖੇਡ ਵਿਭਾਗ ਦੀ ਦੇਰੀ ਕਰਕੇ ਖਿਡਾਰੀਆਂ ਵਿੱਚ ਬੇਚੈਨੀ ਪਾਈ ਜਾ ਰਹੀ ਸੀ। ਇਸ ਕਰਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਇਸ ਕਾਲਜ ਦਾ ਦੌਰਾ ਕੀਤਾ। ਇਸ ਮੌਕੇ 'ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਏਸ਼ੀਆ ਦੇ ਪੰਜਾਬ ਵਿਚਲੇ ਪਹਿਲੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਦੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਾਲਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਟੇਟ ਸਕੂਲ ਆਫ ਸਪੋਰਟਸ ਦਾ ਦੌਰਾ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਲਜ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਇਹ ਆਪਣੀ ਪੁਰਾਤਨ ਸ਼ਾਨ ਨੂੰ ਖੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ MP ਲੈਂਡ ਸਕੀਮ ਅਧੀਨ ਇਸ ਕਾਲਜ ਲਈ ਫੰਡ ਜਾਰੀ ਕੀਤੇ ਜਾਣਗੇ ਅਤੇ ਅਧਿਕਾਰੀਆਂ ਨੂੰ ਇਸ ਸੰਬੰਧੀ ਤਜਵੀਜ਼ ਤਿਆਰ ਕਰਨ ਲਈ ਕਿਹਾ ਜਾ ਚੁੱਕਾ ਹੈ। ਇਸ ਮੌਕੇ 'ਤੇ ਖਾਸ ਗੱਲ ਇਹ ਰਹੀ ਕਿ 11ਵੀਂ ਜਮਾਤ ਦੇ ਦੋ ਵਿਦਿਆਰਥੀਆਂ ਵੱਲੋਂ ਲੱਗੀ ਹੋਈ ਕਲਾਸ ਵਿੱਚੋਂ ਬੁਲਾ ਕੇ ਸਕੂਲ ਦੇ ਸਟਾਫ ਵੱਲੋਂ ਚਾਹ ਵਰਤਾਈ ਗਈ। ਨਫਰੀ ਹੁੰਦੀ ਸੀ, ਉਨੀ ਐਡਮਿਸ਼ਨ ਨਹੀਂ ਹੋ ਰਹੀ, ਜਿੱਥੇ ਕਿ ਸਪੋਰਟਸ ਕਾਲਜ ਨੂੰ 140 ਸੀਟਾਂ ਹਮੇਸ਼ਾ ਮਿਲਦੀਆਂ ਸੀ ਔਰ ਬੱਚੇ ਪੂਰੇ ਇੱਥੇ ਦਾਖਲ ਹੁੰਦੇ ਸੀ, ਔਰ ਇਸ ਵਾਰ ਸਿਰਫ 30 ਬੱਚੇ ਇੱਥੇ ਦਾਖਲ ਹੋਏ ਆ। 30 ਨਹੀਂ, 12 ਬੱਚੇ ਦਾਖਲ ਹੋਏ ਆ, ਔਰ ਸਪੋਰਟਸ ਸਕੂਲ ਨੂੰ 120 ਬੱਚੇ ਮਿਲਦੇ ਸੀ, ਉੱਥੇ 30 ਬੱਚੇ ਹੋਏ ਆ। ਸੋ ਇਸ ਕਰਕੇ ਮੇਰਾ ਕੰਸਰਨ ਸੀ ਕਿ ਮੈਂ ਦੇਖਾਂ ਕਿ ਕਿਉਂ ਇਸ ਤਰ੍ਹਾਂ ਦੇ ਹਾਲਾਤ ਹੋਏ, ਔਰ ਇੱਥੇ ਆ ਕੇ ਪਤਾ ਚੱਲਿਆ ਕਿ ਜਿਹੜੇ ਟਰਾਇਲਸ ਹੈ ਜਿਹੜੇ ਕਿ ਫਰਵਰੀ 'ਚ ਹੋਣੇ ਹੁੰਦੇ ਆ ਉਹ ਇਸ ਵਾਰ ਨਹੀਂ ਹੋ ਸਕੇ, ਔਰ ਇਸ ਕਰਕੇ ਜਦੋਂ ਐਡਮਿਸ਼ਨ ਦੀ ਡੇਟ ਲੰਘ ਗਈ, ਯੂਨੀਵਰਸਿਟੀ ਦੀ ਜਿਹੜੀ ਲਾਸਟ ਡੇਟ ਉਹ ਵੀ ਲੰਘ ਗਈ, ਉਸ ਵਕਤ ਜਿਹੜੀਆਂ ਇਹਨਾਂ ਨੂੰ ਸੀਟਾਂ ਇੱਥੇ ਆਈਆਂ, ਇਸ ਕਰਕੇ ਬੱਚੇ ਦਾਖਲ ਨਹੀਂ ਹੋ ਸਕੇ। ਸੋ ਮੈਂ ਇਹ ਚੀਜ਼ਾਂ ਦੇਖਣਾ ਆ। ਬਾਕੀ ਜਿਹੜੀਆਂ ਗਰਾਊਂਡਸ ਹੈ, ਫੁੱਟਬਾਲ ਗਰਾਊਂਡ ਔਰ ਜਿਹੜੀ ਸਿੰਥੈਟਿਕ ਤਰਫ ਹੈ, ਉਹ ਦੁਬਾਰਾ ਬਣਨ ਵਾਲੀ ਹੈ, ਗਰਾਊਂਡਸ ਵੀ ਡਿਵੈਲਪ ਹੋਣ ਵਾਲੀ ਹੈ। ਬੇਸ਼ੱਕ ਇਸ ਤਰ੍ਹਾਂ ਦੇ ਹਾਲਾਤ ਵਿੱਚ ਵੀ ਇੱਥੋਂ ਬਹੁਤ ਸਾਰੇ ਬੱਚੇ ਏਸ਼ੀਅਨ ਗੇਮ ਵਿੱਚ ਔਰ ਦੂਸਰੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਗੇਮਸ ਹੈ ਉਹਦੇ ਵਿੱਚ, ਹੈ ਕਾਮਨਵੈਲਥ ਵਿੱਚ ਵੀ ਇਹਨਾਂ ਨੇ ਮੈਡਲ ਲਏ ਆ ਇਸ ਤਰ੍ਹਾਂ ਦੇ ਹਾਲਾਤ ਵਿੱਚ ਵੀ। ਸੋ ਮੈਂ ਸਮਝਦਾ ਕਿ ਇਸ ਇੰਸਟੀਟਿਊਸ਼ਨ ਦਾ ਬਹੁਤ ਵੱਡਾ ਨਾਂ ਹੈ। ਪੰਜਾਬ ਦੀ ਪਹਿਲੀ ਸਪੋਰਟਸ ਇੰਸਟੀਟਿਊਸ਼ਨ ਪ੍ਰਤਾਪ ਸਿੰਘ ਕੈਰੋ ਜੀ ਜਦੋਂ ਮੁੱਖ ਮੰਤਰੀ ਸਨ ਉਦੋਂ ਉਹਨਾਂ ਨੇ ਖੇਲੀ ਸੀ, ਔਰ ਇੱਥੋਂ ਬਹੁਤ ਵੱਡੇ ਵੱਡੇ ਪਲੇਅਰ ਓਲੰਪੀਅਨ ਜਿਹੜੇ ਇੱਥੋਂ ਪ੍ਰਗਟ ਸਿੰਘ ਹੁਣੀ ਵੀ ਸਾਰੇ, ਸੁਰਜੀਤ ਸਿੰਘ ਹੋਕੀ ਵਾਲੇ, ਸਾਰੇ ਇੱਥੋਂ ਦੇ ਹੀ ਪ੍ਰੋਡਕਟਸ ਹੈ। ਸੋ ਅੱਜ ਜਿਸ ਇੰਸਟੀਟਿਊਸ਼ਨ ਦਾ ਇੰਨਾ ਵੱਡਾ ਇਤਿਹਾਸ ਹੈ, ਇਸ ਗੱਲ ਦਾ ਸਾਨੂੰ ਅਫਸੋਸ ਹੈ, ਫਿਕਰ ਹੈ, ਚਿੰਤਾ ਹੈ ਕਿ ਉਸਦਾ ਜਿਹੜਾ ਗ੍ਰਾਫ ਇੰਨਾ ਕਿਉਂ ਗਿਰਿਆ, ਬੱਚੇ ਕਿਉਂ ਦਾਖਲ ਨਹੀਂ ਹੋਏ। ਇਹ ਚੀਜ਼ ਦੀ ਫੀਡਬੈਕ ਮੈਂ ਅੱਜ ਲੈਣ ਇੱਥੇ ਆਇਆ, ਔਰ ਇਹਨਾਂ ਨੇ ਮੈਨੂੰ ਇਸ ਦੇ ਜਿਹੜੀਆਂ ਰੀਜ਼ਨਸ ਹੈ ਉਹ ਦੱਸੇ, ਜਿਹੜੇ ਕਿ ਮੈਂ ਜਲਦੀ ਹੀ ਜਿਹੜਾ ਸਪੋਰਟਸ ਮਹਿਕਮਾ, ਸਪੋਰਟਸ ਦੇ ਮੰਤਰੀ ਔਰ ਸਪੋਰਟਸ ਦੇ ਜਿਹੜੇ ਆਫਿਸਰ, ਆਲਾ ਆਫਿਸਰ, ਸੈਕਟਰੀ, ਡਾਇਰੈਕਟਰ, ਉਹਨਾਂ ਨਾਲ ਮੈਂ ਮੀਟਿੰਗ ਲਊਂਗਾ, ਔਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜੋ ਇਸ ਦਾ ਨਾਂ ਹੈ ਇਸ ਅਦਾਰੇ ਦਾ, ਉਸ ਨੂੰ ਦੁਬਾਰਾ ਕਾਇਮ ਕਰਨ। ਟਰਾਇਲਸ ਜਿਹੜੀਆਂ, ਕਿਉਂਕਿ ਫਰਵਰੀ ਆਉਣ ਵਾਲੀ ਹੈ, ਮੈਂ ਇਹ ਵੀ ਉਹਨਾਂ ਨੂੰ ਕਹੂੰਗਾ ਕਿ ਫਰਵਰੀ ਦੇ ਵਿੱਚ ਟਰਾਇਲਸ ਕਰੋ ਤਾਂ ਕਿ ਜਿਹੜੀਆਂ ਪੂਰੀਆਂ ਸੀਟਾਂ ਇੱਥੋਂ ਇੱਥੇ ਭਰ ਸਕਣ। ਕੁਛ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ, ਜਿੱਦਾਂ ਸਿੰਥੈਟਿਕ ਟਰਫ ਵਗੈਰਾ ਦੀ, ਉਹ ਵੀ ਮੈਂ ਕਰੂੰਗਾ, ਔਰ ਕੁਛ ਜਿਹੜੀਆਂ ਗਰਾਊਂਡਸ ਹੈ ਜਿੱਦਾਂ ਬਾਸਕਟਬਾਲ ਗਰਾਊਂਡ ਹੈ ਜਾਂ ਫੁੱਟਬਾਲ ਗਰਾਊਂਡ ਹੈ, ਉਸ ਦੇ ਵਿੱਚ ਉਹ ਜਿਹੜੇ ਪਹਿਲਾਂ ਇਹਨਾਂ ਕੋਲ ਫੰਡਸ ਹੈਗੇ ਆ ਕੋਈ 3 ਕਰੋੜ ਰੁਪਈਆ, ਇਹਨਾਂ ਨੂੰ ਅੱਜ ਕਲਚਰ ਰਿਲੀਜ਼ ਹੋਣ ਵਾਲਾ, ਉਹ ਤਾਂ ਉਹਦੇ ਵਿੱਚ ਹੋ ਜਾਣਗੀਆਂ। ਪਰ ਮੇਨ ਜਿਹੜਾ ਮੁੱਖ ਜਿਹੜਾ ਮੁੱਦਾ ਕਿ ਸਮੇਂ ਸਿਰ ਟਰਾਇਲਸ ਹੋਣ ਔਰ ਇੱਥੋਂ ਬੱਚੇ ਜਿਹੜੇ ਇੱਥੇ ਦਾਖਲ ਹੋਣ ਔਰ ਜਿਹੜੇ ਨੈਸ਼ਨਲ ਲੈਵਲ 'ਤੇ ਔਰ ਉੱਪਰ ਇੰਟਰਨੈਸ਼ਨਲ ਲੈਵਲ 'ਤੇ ਪਲੇਅਰ ਬਣ ਕੇ ਜਾਣ, ਇਹ ਮੇਰੀ ਕੋਸ਼ਿਸ਼ ਹੋਏਗੀ। ਔਰ ਹੋਰ ਜਿਹੜੀਆਂ ਕੋਈ ਇਹਨਾਂ ਦੀਆਂ ਲੋਕਲ ਛੋਟੀਆਂ ਜਿਹੜੀਆਂ ਜ਼ਰੂਰਤਾਂ ਹੋਣਗੀਆਂ, ਇਹਨਾਂ ਦੀ ਸਿਕਿਉਰਿਟੀ ਦੀ ਜ਼ਰੂਰਤ ਹੈ, ਇਹਨਾਂ ਦੇ ਹੋਸਟਲ ਵਾਰਡਨ ਨਹੀਂ ਗਏ, ਇਹਨਾਂ ਦੇ ਕਲਾਸ 4 ਜਿਹੜੇ ਉਹ ਘੱਟ ਹੈ, ਉਹ ਸਾਰੀਆਂ ਅਸੀਂ ਮਿਨਿਸਟਰੀ 'ਚ ਗੱਲ ਕਰਕੇ ਉਹਨਾਂ ਨੂੰ ਪੂਰੀਆਂ ਕਰਾਂਗੇ। ਸਰ, ਇੱਕ ਪਿੱਛੇ ਤੁਸੀਂ ਸਪੋਰਟਸ ਮਿਨਿਸਟਰ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ, ਪਿੱਛੇ ਜਲੰਧਰ ਆਏ ਸੀਗੇ, ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ, ਉਹਨਾਂ ਦਾ ਕਹਿਣਾ ਸੀ ਸਪੋਰਟਸ ਕਾਲਜ ਜਾਂ ਸਪੋਰਟਸ ਸਕੂਲ ਦਾ ਨਾਮ ਸੁਣ ਕੇ ਸਾਡੇ ਮੰਤਰਾਲੇ ਨਾਲ ਜੁੜ ਜਾਂਦਾ, ਪਰ ਹੈ ਐਜੂਕੇਸ਼ਨ ਮੰਤਰਾਲੇ ਨਾਲ ਰਿਲੇਟਡ ਹੈ ਇਹ, ਉਹਨਾਂ ਨੇ ਮੇਨਟੇਨ ਕਰਵਾਉਣਾ।
ਤੇ ਸਰ ਇਹ ਕਾਲਜ ਦੀ ਤਰਾਸੀ ਤਾਂ ਇਹੀ ਹੈ ਸਪੋਰਟਸ ਦੇ ਕਾਲਜ ਦੀ ਉਹ ਸਪੋਰਟਸ ਵਾਲੇ ਕਹਿੰਦੇ ਐਜੂਕੇਸ਼ਨ ਵਾਲੇ ਕਰਾਨ ਕੇ ਐਜੂਕੇਸ਼ਨ ਵਾਲੇ ਕਹਿੰਦੇ ਸਪੋਰਟਸ ਵਾਲੇ ਜਿਹੜੀਆਂ ਟ੍ਰਾਇਲਸ ਵਗੈਰਾ ਹੋਰ ਸਾਰੀਆਂ ਉਹ ਤਾਂ ਸਪੋਰਟਸ ਮਹਿਕਮੇ ਨੇ ਕਰਾਉਣੀਆਂ ਤੇ ਮੇਨ ਐਡਮਿਸ਼ਨ ਦੀ ਗੱਲ ਤਾਂ ਇਹ ਹੋਈ ਹੈ ਨਾ ਔਰ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕੁਛ ਐਜੂਕੇਸ਼ਨ ਮਹਿਕਮੇ ਦਾ ਵੀ ਤਾਲਕ ਰੱਖਦਾ ਕੁਛ ਉਹਨਾਂ ਦਾ ਵੀ ਤਾਲਕ ਰੱਖਦਾ ਦੋਨਾਂ ਨਾਲ ਤਾਲਮੇਲ ਕਰਾਂਗੇ ਔਰ ਇਸ ਦਾ ਜੋ ਨਾਂ ਹੈ ਜੋ ਇਸ ਦਾ ਇਤਿਹਾਸ ਹੈ ਉਸ ਨੂੰ ਅਸੀਂ ਪੂਰਾ ਕਾਇਮ ਕਰਾਂਗੇ ਇਹ ਸਾਡੀ ਕੋਸ਼ਿਸ਼ ਇਹ ਤਾਂ ਹੁਣੇ ਜਲਦੀ ਕਰਾਂਗੇ ਤਾਂ ਕਿ ਫਰਵਰੀ ਤੋਂ ਪਹਿਲਾਂ ਟ੍ਰਾਇਲ ਹੋਈ ਪਹਿਲਾਂ ਤਾਂ ਉਹ ਇਨਸ਼ੋਰ ਕਰਾਂਗੇ ਉਸ ਹੈ ਉਸ ਤੋਂ ਬਾਅਦ ਆ ਜਿਹੜੀਆਂ ਸਿੰਥੈਟਿਕ ਟਰਫ ਵਗੈਰਾ ਹੋਰ ਜਿਹੜੀਆਂ ਕਿਉਂਕਿ ਇਹਦੇ ਵਿੱਚ ਬਜਟ ਇਨਵੋਲਵ ਹੈ ਇਹਦੇ ਵਿੱਚ ਵੀ ਕਰਕੇ ਪਿਛਲੀ ਟਰਨੋ ਸੀ ਹੁਣ ਵੀ ਤਾਂ ਆਪਣੇ ਹੋ ਸਕਿਆ ਤੇ ਇਹਨੇ ਸਾਲ ਚ ਆਪਣ ਨੂੰ ਕੋਈ ਇਹਦੇ ਆਈ ਨਹੀਂ ਕੰਡੀਸ਼ਨ ਦਾ ਬਾਰੇ ਕੀ ਕੰਡੀਸ਼ਨ ਹੈਗੀ ਕਿ ਵਨੀ ਮੈਨੂੰ ਇਸ ਦਾ ਸੈਸ਼ਨ ਖਰਾਬ ਹੋਇਆ ਹੈ ਜਿਹੜੇ ਸਪੋਰਟਸ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਕਿ ਉਹ ਨਸ਼ਿਆਂ ਦਾ ਮੁੱਦੇ ਤੇ ਗੱਲ ਕੀਤੀ ਜਾ ਰਹੀ ਤੇ ਨਸ਼ੇ ਸਪੋਰਟਸ ਵਾਲੀ ਸਾਈਡ ਨਹੀਂ ਨਹੀਂ ਤੇ ਇਹਦਾ ਨਹੀਂ ਜਿਹੜੀ ਮੈਂ ਨਹੀਂ ਇੱਕ ਮਿੰਟ ਜਿਹੜੀ ਮੈਂ ਗੱਲ ਜਿਹੜੀ ਐਡਮਿਸ਼ਨ ਦੀ ਗੱਲ ਤੋਂ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਟ੍ਰਾਇਲਸ ਜਿਹੜੀਆਂ ਸਮੇਂ ਸਿਰ ਨਹੀਂ ਹੋਈਆਂ ਠੀਕ ਹੈ ਨਾ ਗੱਲ ਬਾਕੀ ਜਿਹੜਾ ਇਨਫਰਾਸਟ੍ਰਕਚਰ ਜਾਂ ਜਿਹੜੀ ਜ਼ਰੂਰਤ ਹੈ ਉਹ ਅਸੀਂ ਪੂਰੀਆਂ ਕਰਾਂਗੇ ਮੈਂ ਹੁਣੇ ਨੋਟਿਸ ਲਿਆ ਔਰ ਹੁਣੇ ਮੈਂ ਆ ਗਿਆ ਔਰ ਮੈਂ ਇੱਥੇ ਐਕਟ ਕਰ ਨਹੀਂ ਮੈਨੂੰ ਨੇ ਭੇਜਿਆ ਮੈਨੂੰ ਕਾਹਦਾ ਭੇਜਿਆ ਸੀ ਨਹੀਂ ਮੈਨੂੰ ਮੈਂਟੇਨੈਂਸ ਦੇਖੋ ਮੈਨੂੰ ਐਮ ਪੀ ਲਾਈਟ ਵਾਸਤੇ ਪ੍ਰਿੰਸੀਪਲ ਇੱਧਰ ਖੜੇ ਆ ਇਹਨਾਂ ਨੇ ਕੁਛ ਆਪਣੀ ਪ੍ਰਪੋਜ਼ਲ ਦਿੱਤੀ ਸੀ ਇੱਧਰ ਸਕੂਲ ਦੇ ਖੜੇ ਇਹਨੇ ਆਪਣੀ ਪ੍ਰਪੋਜ਼ਲ ਦਿੱਤੀ ਉਹ 7.5 ਲੱਖ ਰੁਪਈਆ ਨੂੰ ਮਿਲ ਗਿਆ ਇਹਨੇ ਮੁਕੰਮਲ ਵੀ ਕਰ ਲਿਆ ਇਹਨਾਂ ਦਾ ਕੋਈ ਟੈਕਨੀਕਲ ਓਬਜੈਕਸ਼ਨ ਲੱਗ ਗਿਆ ਸੀ ਉਹ ਅਸੀਂ ਰਿਮੂਵ ਕਰ ਰਹੇ ਜਿੱਥੇ ਤੱਕ ਮੇਰੇ ਐਮ ਪੀ ਲਾਈਟ ਦੀ ਜਿਹੜੀ ਗੱਲ ਹੈ ਜਿਹੜੀ ਦੂਸਰੀ ਗੱਲ ਹੈ ਵੱਡੀ ਜਿੱਦਾਂ ਸਿੰਥੈਟਿਕ ਟਰਫ ਵਗੈਰਾ ਉਹ ਜਿਹੜੀ ਹੈ ਉਹ ਗਵਰਨਮੈਂਟ ਲੈਵਲ ਦੀ ਗੱਲ ਹੈ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਕਿ ਜੇ ਸਟੇਟ ਗਵਰਨਮੈਂਟ ਦੇ ਅਧਿਕਾਰ 'ਚ ਨਹੀਂ ਗਈ ਤਾਂ ਫਿਰ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਾਂਗੇ ਖੇਡੋ ਇੰਡੀਆ 'ਚ ਗੱਲ ਕਰਾਂਗੇ ਹਾਂਜੀ ਸਪੋਰਟਸ ਅਥਾਰਟੀ ਆਫ ਇੰਡੀਆ ਨਾਲ ਗੱਲ ਕਰਾਂਗੇ ਮੈਂ ਤਾਂ ਇਹ ਸਾਰੀ ਫੀਡਬੈਕ ਲੈ ਗਿਆ ਵੀ ਮੈਂ ਇਹਦੇ ਵਿੱਚ ਕੀ ਮੈਂ ਰੋਲ ਅਦਾ ਕਰ ਸਕਦਾ ਆਈ ਹੈਵ ਕਮ ਫੋਰ ਦਿਸ ਪਰਪਸ ਇਹ ਹੁਣ ਅੱਜ ਹੀ ਥੋੜ੍ਹੀ ਹੋ ਜਾਏਗੀ ਜੇ ਆਇਆ ਤਾਂ ਕਰ ਮੇਰੇ ਕੋਈ ਪਿਛਲੇ DSO ਅੱਜ DSO ਅੱਜ ਮੇਰੇ ਨਾਲ ਆਏ ਆ ਅੱਜ ਆਏ ਜਿਹੜੇ ਪਿਛਲੇ DSO ਕੌਣ ਸੀਗੇ ਭੁਪਿੰਦਰ ਸਿੰਘ ਪਿਛਲੇ DSO ਦੀ ਕਾਰਗੁਜ਼ਾਰੀ ਇਹ ਸੀਗੀ ਵੀ ਜਿਹੜਾ ਮੈਂ ਐਮ ਪੀ ਲਾਈਟ 'ਚੋਂ ਵੀ ਸਪੋਰਟਸ ਵਾਸਤੇ ਫੰਡਸ ਭੇਜਦਾ ਸੀਗਾ ਉਹਨੂੰ ਵੀ ਉਹ ਡਿਲੇ ਕਰਦਾ ਉਹ ਕਰ ਰਿਹਾ ਸੀ ਨਾ ਉਹ ਵੀ 6-6-7-7 ਮਹੀਨੇ ਸਾਲੀ ਉਹ ਕਰਨੀ ਸੀ ਕਰਦਾ ਮੈਂ ਤਾਂ ਉਹਦੀ ਮਿਨਿਸਟਰ ਨਾਲ ਉੱਥੇ ਗੱਲ ਕੀਤੀ ਉਸ ਦਿਨ ਸਟੇਡੀਅਮ ਵਿੱਚ ਵਿਆਹ ਤੇਰਾ DSO ਆ ਔਰ ਇਹ ਮੇਰੇ ਐਮ ਪੀ ਲਾਈਟ ਫੰਡ ਵੀ ਜਿਹੜੇ ਕਲੀਅਰੈਂਸ ਦਿੰਦਾ ਹੁਣ ਆਹ ਨਵੇਂ ਆਏ ਆ ਇਹ ਇਹਨਾਂ ਦਾ ਮੈਂ ਦੇਖਿਆ ਇਹਨਾਂ ਦੀ ਕਾਂਗਰਸ ਦਾ 3 ਸਾਲ ਦਾ ਟਰਨ ਓਵਰ ਖਤਮ ਹੋ ਚੁੱਕਾ ਸੀ 2 ਸਾਲ ਦਾ ਟਰਨ ਓਵਰ ਰਹਿ ਗਿਆ ਜਿਹੜਾ ਉਹਦੇ ਵਿੱਚ ਇਹਦੀ ਹਾਲਤ ਜਿਹੜੀ ਹੈ ਕਿ ਸੁਧਰ ਜਾਊਗੀ ਕਰੂੰਗੇ 2 ਸਾਲ ਦੇ ਅੰਦਰ ਕਰਾਂਗੇ ਕਿਉਂਕਿ ਤਕਰੀਬਨ 7 ਹੋ ਗਏ ਸਪੋਰਟਸ ਮਿਨਿਸਟਰ ਆ ਕੇ ਗਏ ਸੀ ਉਹਨਾਂ ਨੇ ਸਿਰਫ ਡੀਸੀ ਸਾਹਿਬ ਨੇ ਤੇ ਸਫਾਈ ਕਰਾਉਣ ਦੀ ਗੱਲ ਸਾਲ 'ਚ ਸਫਾਈ ਨਹੀਂ ਹੋ ਪਈ ਹੁਣ ਸਪੋਰਟਸ ਮਿਨਿਸਟਰ ਬਾਰੇ ਤਾਂ ਮੈਂ ਕਮੈਂਟ ਨਹੀਂ ਨਾ ਕਰ ਸਕਦਾ ਮੈਨੂੰ ਤਾਂ ਮੇਰੇ ਬਾਰੇ ਪੁੱਛ ਡੀਸੀ ਸਾਹਿਬ ਨੂੰ ਕਹਿ ਕੇ ਗਏ ਸੀ ਡੀਸੀ ਸਾਹਿਬ ਹਾਂਜੀ ਉਹਨਾਂ ਨੇ ਅੱਗੇ ਡਿਊਟੀ ਹੀ ਲਾਣੀ ਹੁੰਦੀ ਸਾਲ ਪੂਰਾ ਹੋ ਚੁੱਕਿਆ ਸਾਲ ਦੇ ਵਿੱਚ ਸਫਾਈ ਨਾ ਹੋ ਪਣਾ ਤੇ 2 ਸਾਲ 'ਚ ਲੱਗਦਾ ਕਿ ਪੂਰਾ ਜਿਹੜਾ ਸਭ ਕੁਝ ਰਹਿੰਦਾ ਇਹ ਇਹ ਫਿਰ ਅਫਸੋਸ ਦੀ ਗੱਲ ਹੈ ਅਗਰ ਸਪੋਰਟਸ ਮਿਨਿਸਟਰ ਦੇ ਕਹੇ ਤੇ ਨਹੀਂ ਹੋਇਆ ਮੈਂ ਇਸੇ ਕਰਕੇ ਆਇਆ ਕਿ ਮੈਂ ਚਿੰਤਤ ਹਾਂ ਮੈਂ ਚਾਹੁੰਦਾ ਵੀ ਇਸ ਦਾ ਗ੍ਰਾਫ ਵਧੇ ਔਰ ਜੋ ਪਹਿਲਾਂ ਇਹਦਾ ਸਟੇਟਸ ਸੀ ਸਟੇਟਸ ਉਹ ਬਹਾਲ ਹੋਵੇ ਮੈਂ ਕਹਿੰਦਾ ਕਿ ਇਹ ਤਾਂ ਸਾਡੇ ਵਾਸਤੇ ਸਾਡੀ ਖੁਸ਼ਕਿਸਮਤੀ ਹੈ ਜਲੰਧਰ ਵਾਸਤੇ ਇਸ ਸਪੋਰਟਸ ਕਾਲਜ ਨੇ ਵੱਡੇ ਵੱਡੇ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਓਲੰਪੀਅਨ ਜਿਹੜੇ ਉਹ ਇਹਨਾਂ ਨੇ ਉਸਨੇ ਪ੍ਰੋਡਿਊਸ ਕੀਤੇ ਇੱਥੋਂ ਖੇਲ ਕੇ ਗਏ ਹੈ ਸੋ ਮੈਂ ਇਸੇ ਕਰਕੇ ਆਇਆ ਕਿ ਮੈਂ ਇਸ ਦਾ ਜਿਹੜਾ ਰੁਤਬਾ ਉਸਨੂੰ ਉਸੇ ਤਰ੍ਹਾਂ ਪਹਿਲੇ ਵਾਲੇ ਲੈਵਲ 'ਤੇ ਲਿਆਵਾਂ ਔਰ ਬੱਚੇ ਇੱਥੇ ਜਾ ਕੇ ਇੱਥੇ ਪੜ੍ਹਨ ਲੱਗ ਦੇਖੋ ਮੈਂ ਇੱਕ ਐਸੀ ਗੱਲ ਨਹੀਂ ਸਪੋਰਟਸ ਪਾਲਿਸੀ ਹੁਣ ਫਰੇਮ ਹੋਈ ਹੈ ਕੈਪਟਨ ਸਾਹਿਬ ਦੀ ਸਰਕਾਰ ਬੜੀ ਗੰਭੀਰ ਹੈ ਮੈਂ ਖੁਦ ਉਹ ਚੰਡੀਗੜ੍ਹ ਹੋਟਲ 'ਚ ਫੰਕਸ਼ਨ ਅਟੈਂਡ ਕੀਤਾ
ਜਿਸ ਦੇ ਵਿੱਚ ਕਰੋੜਾਂ ਰੁਪਈਏ ਜਿਹੜੇ ਮੈਡਲ ਲੈ ਕੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਦਿੱਤੇ, ਮੈਂ ਖੁਦ ਉੱਥੇ ਸੀਗਾ। ਐਸੀ ਗੱਲ ਨਹੀਂ ਗੀ, ਪੰਜਾਬ ਦੀ ਸਰਕਾਰ ਕੈਪਟਨ ਸਰਕਾਰ ਜਿਹੜੀ ਬਹੁਤ ਗੰਭੀਰ ਹੈ, ਔਰ ਇਸੀ ਕਰਕੇ ਮੈਂ ਅੱਜ ਇੱਥੇ ਆਇਆ ਕਿ ਮੈਂ ਇੱਥੇ ਦੀ ਫੀਡਬੈਕ ਮੈਂ ਪੰਜਾਬ ਦੀ ਸਰਕਾਰ ਨੂੰ ਦੇਵਾਂ ਔਰ ਉਹਨਾਂ ਨੂੰ ਇਸ ਦਾ ਬਹਾਲ ਜਿਹੜਾ ਰੁਤਬਾ ਉਸ ਨੂੰ ਕਰਾਂ।